ਬਾਪੂ ਜੀ ਕੀ ਨਾਂ ਤੁਹਾਡਾ? ਦਰਸ਼ਨ ਸਿੰਘ। ਅਤੇ ਇੱਥੋਂ ਦੇ ਇਹ ਕਿਹੜਾ ਪਿੰਡ ਆ ਹੁਣ ਤੁਹਾਡਾ? ਇਹ ਬਸਤੀ ਮਮਦਲੀ ਜੀ, ਭਾਵੜਾ ਅੱਗੇ ਆ। ਭਾਵੜਾ? ਅਤੇ ਤੁਸੀਂ ਪਾਕਿਸਤਾਨੋਂ ਕਿਹੜੇ ਪਿੰਡ ਉੱਠ ਕੇ ਆਏ? ਅਸੀਂ ਆਏ ਹਾਂ ਕਾਲੂ ਖਾਦਿਆਂ ਦਾ ਗਜਲਾ ਤੋਂ। ਅੱਛਾ ਜੀ, ਇਹਦੇ ਲਾਗੇ ਲਾਗੇ ਵਾਲੇ ਹੋਰ ਪਿੰਡ ਕੋਈ? ਇਹਦੇ ਪਿੰਡ ਲਾਗੇ ਹੈਗੇ ਆ ਅਸੀਂ ਛੰਮਣ। ਅੱਛਾ, ਕਾਲੂ ਖਾਰਾ। ਹਾਂਜੀ, ਕਾਲੂ ਖਾਰਾ ਦਾ ਬੁੱਢ ਸੀ ਨਾ ਇਹਨੇ ਮੱਤਾ। ਹਾਂ, ਅਤੇ ਇੱਕ ਸਾਰ ਇੱਕ ਕੀ ਨਾਂ ਜਿਸ ਸਾਰ ਦੇ ਨਾਨਕੇ ਨੇ ਸੇਖਮ। ਰੇਲਵੇ ਸਟੇਸ਼ਨ ਹੈਗਾ ਸੀ ਲਾਗੇ? ਕਸੂਰ ਦਾ ਲੱਗਦਾ ਹੈ ਸਾਨੂੰ। ਅੱਛਾ, ਅਤੇ ਤੁਹਾਡਾ ਕਿੱਡਾ ਕੁ ਵੱਡਾ ਪਿੰਡ ਸੀਗਾ? ਪਿੰਡ ਤਾਂ ਛੋਟਾ ਬਾਵੇ ਜ਼ਿਆਦੇ ਸੀ, ਮੁਸਲਮਾਨ ਵੀ ਥੋੜ੍ਹੇ ਸੀ। ਕੋਈ ਪਿੰਡ ਦੇ ਕਿਸੇ ਹਿੰਦੂ ਦਾ, ਦੁਕਾਨ ਵਾਲੇ ਦਾ ਜਾਂ ਮੁਸਲਮਾਨ ਦਾ ਨਾਂ ਚੇਤੇ ਜੇ? ਉੱਧਰ ਗਿਆ ਹੁਣ ਪਤਾ ਲੱਗਣਾ, ਇੱਧਰ ਤਾਂ ਕੀ ਪਤਾ ਲੱਗਦਾ, ਵੱਡਿਆਂ ਦੇ ਮੁੰਡਿਆਂ ਦਾ ਆਪਾਂ ਨੂੰ ਪਤਾ ਹੀ ਨਹੀਂ। ਵੱਡਿਆਂ ਦੇ ਦੱਸ ਦਿਓ। ਇੱਕ ਜਣਾ ਚੰਨਣ, ਇੱਕ ਜਣਾ ਜੱਗਾ, ਅਤੇ ਇੱਕ ਜਣਾ ਮਾਣਾ ਸਿਉਂ, ਮਾਣੀ ਉਹਨੂੰ ਆ ਰਿਹਾ ਸੀ ਪਿੰਡ। ਅਤੇ ਤੁਹਾਡੇ ਜਿਹੜੇ ਉੱਥੋਂ ਉੱਠ ਕੇ ਕਿੱਥੇ ਕਿੱਥੇ ਬੈਠੇ ਲੋਕ? ਉਹਨਾਂ ਦਾ ਜੀ ਕੋਈ ਪਤਾ ਨਹੀਂ, ਲਾ ਪਤਾ ਹੀ ਹੈ। ਅਤੇ ਤੁਹਾਡਾ ਆਪਦਾ ਸ਼ਰੀਕਾ ਕਿੱਥੇ ਬੈਠਾ? ਸ਼ਰੀਕਾ ਹਾਰਾ ਹੀ ਇੱਥੇ ਆ ਇਸੇ ਪਿੰਡ 'ਚ। ਹਾਂ, ਕੋਈ ਕਾਸੂ ਬੇਗੂ, ਕੋਈ ਰੁਕਣੇ ਵਾਲੇ। ਅਤੇ ਕੋਈ ਮੇਲਾ ਵਗੈਰਾ ਤੁਹਾਡੇ ਪਿੰਡ 'ਚ ਲੱਗਦਾ ਸੀ? ਮੇਲਾ ਉਹ ਥੰਮਣ ਦਾ ਲੱਗਦਾ ਸੀ, ਰਾਮ ਥੰਮਣ। ਹਾਂ, ਰਾਮ ਥੰਮਣ ਬਾਵਿਆਂ ਦਾ ਉਹ ਲਾ ਸੀ, ਬਾਵੇ ਰਹਿੰਦੇ ਸੀ ਉੱਥੇ। ਅੱਛਾ ਜੀ। ਹਾਂ, ਬਾਵੇ ਅਤੇ ਬਰੇ ਪਿੱਛੋਂ ਲੱਗਦਾ ਸੀ ਖਾੜਾ। ਤੁਸੀਂ ਜਾਂਦੇ ਸੀ ਵੇਖਣ? ਨਹੀਂ, ਅਸੀਂ ਕਦੇ ਨਹੀਂ, ਘੱਟ ਹੀ ਗਿਆ। ਅਤੇ ਉੱਥੇ ਪੜ੍ਹੇ ਮਕਾਲ ਹੋ ਜਾਂਦੀ ਸੀ। ਅੱਛਾ ਜੀ। ਜਿਹੜੀ ਪਾਰਟੀਆਂ ਹੈ ਦੂਜੀਆਂ, ਉਹ ਬਦੋ ਬਾਅਦ ਉੱਥੇ ਲੜਾਈ ਪਸਾਰ ਕਰ ਦਿੰਦੀਆਂ। ਬਾਪੂ ਜੀ, ਮਾਹੌਲ ਉਹ ਚੰਗਾ ਸੀ ਕਿ ਹੁਣ ਚੰਗਾ? ਮਾਹੌਲ ਹੁਣ ਵੇਖੀਏ ਤਾਂ ਉਹ ਚੰਗਾ। ਕਿਵੇਂ? ਉਹ ਰਾਤ ਦੇ ਬੈਠੇ ਹੋਈਦਾ ਸੀ ਛੱਤੇ 'ਚ, ਅਤੇ ਪੱਠੇ ਤੱਥੇ ਹਰ ਇੱਕ ਸ਼ੈ ਵਾਧੂ, ਕਪਾਹੀ ਵਾਧੂ, ਨਰਮੇ ਵਾਧੂ। ਅਤੇ ਪਿਆਰ ਕਿਵੇਂ ਸੀ ਲੋਕਾਂ 'ਚ? ਪਿਆਰ ਹੁਣ ਜ਼ਿਆਦਾ ਕਿ ਉਦੋਂ ਜ਼ਿਆਦਾ ਸੀ? ਨਹੀਂ ਜੀ, ਉਦੋਂ ਜ਼ਿਆਦਾ ਸੀ। ਉਦੋਂ ਤਾਂ ਫਲਾਣਿਆ ਤੂੰ ਆ ਜਾ, ਤੂੰ ਆ ਜਾ, ਦਸ ਪੋਸ਼ ਇਸ ਤਰ੍ਹਾਂ ਬੁਲਾਇਆ, 60 ਬੰਦੇ ਬਹਿ ਜਾਂਦੇ ਸੀ, ਅਤੇ ਥੱਲੇ ਰੱਖਿਆ ਸੀ 50 ਰੁਪਈਏ ਦੇ ਕੇ ਧੂਣੀ, ਧੂਣੀ ਉਹਨੇ ਪਾਉਣੀ ਮਹੀਨੇ 'ਚ, ਉਹਨੂੰ ਬਾਅਦ ਲਾ ਦੇਣਾ ਧੂਣੀ 'ਚ, ਵੀ ਪਾ ਦੇ ਜੇ ਕੋਈ ਲੋੜ ਹੈ ਤਾਂ ਥੱਲੇ ਆਪਦੇ ਆਪ ਵੇਖ ਲੈ, ਥੱਲੇ ਬਹਿ ਜੇ, ਅਤੇ ਜੇ ਨਹੀਂ ਲੋੜ ਤਾਂ ਉੱਤੇ ਬਹਿ ਜੇ। ਅਤੇ ਜਿਹੜੀਆਂ ਜਾਤ ਬਰਾਦਰੀਆਂ 'ਚ ਪਿਆਰ ਸੀ ਕਿ ਲੜਦੇ ਸੀ ਉਦੋਂ? ਨਹੀਂ, ਉਦੋਂ ਪਿਆਰ ਸੀ। ਸਕੂਲ ਗਏ ਕਿ ਨਹੀਂ ਗਏ? ਹੈਂ, ਸਕੂਲ ਸਕੂਲ ਹੈਗਾ ਇਹ। ਨਹੀਂ, ਤੁਸੀਂ ਪੜ੍ਹਨ ਗਏ? ਨਾ, 10ਵੀਂ ਦਾ ਸਕੂਲ ਖੜ ਕੇ 8ਵੀਂ ਦਾ, 10ਵੀਂ ਦਾ ਹੈਗਾ। ਕਿੱਥੇ ਸੀ? ਉਰਦੂ, ਉੱਥੇ ਪਿੰਡ 'ਚ ਬਾਵਿਆਂ ਦੇ 'ਚ। ਅੱਛਾ ਜੀ। ਬਾਵਿਆਂ ਦੇ ਪਿੰਡ 'ਚ। ਬਾਵਿਆਂ ਦਾ ਪਿੰਡ ਕਿਹੜਾ ਸੀ? ਨਾਲ ਹੀ ਥੰਮਣ ਦਾ। ਫਰਕ ਹੁਣ ਇਹ ਵੀ ਇਹੀ ਤਾਂ ਛੋਟੇ ਹਾਲੇ ਨਹੀਂ ਪਤਾ ਲੱਗਾ, ਉਦੋਂ ਪਿਆਰ ਹੋਣ ਨਾਲ ਉਦੋਂ ਜ਼ਿਆਦਾ, ਉਦੋਂ ਤਾਂ ਅਗਲੇ ਸੱਦ ਕੇ ਬਹਾ ਲੈਂਦੇ, ਕੋਲ ਤਾਂ ਬਹਿ ਜਾਂਦਾ ਅਗਲਾ।
ਅਤੇ ਹੁਣ ਹੁਣ ਤਾਂ ਸਰਦਾਰ ਜੀ ਮੇਰੀ ਮਕਾਲ ਦਾ ਮੁੱਢ ਹੈ, ਮੇਰੀ ਮਕਾਲ ਅਤੇ ਦੁਆਣ ਗੰਗੇ ਦੀ ਅਤੇ ਦੁਆਣ ਦੀ। ਅੱਛਾ, ਉਹਦਾ ਨਾਂ ਸੀ ਦੁਆਣ ਅਤੇ ਗੰਗਾ, ਗੰਗਾ ਸਿਉਂ, ਦੋ ਹੱਟੀਆਂ ਸੀ। ਕਿਹੜੇ ਪਿੰਡ ਦੀ ਭਲਾ ਗੱਲ ਕਰਦੇ ਜੀ? ਕਾਲੂਖਾਰੇ ਦੀ। ਕਾਲੂਖਾਰੇ 'ਚ ਅਤੇ ਤੁਸੀਂ ਸਮਾਨ ਲੈਣ ਜਾਂਦੇ ਹੁੰਦੇ ਉੱਥੋਂ ਖਾਣ ਪੀਣ ਨੂੰ? ਟਾਂਗਰ ਟੁਗਰ ਖਾ ਲਈ, ਲਿਆ ਕੇ ਕਪਾਹ ਕਪੋ। ਹੁਣ ਜਿਵੇਂ ਮੁੰਡੇ ਟੋਫੀਆਂ ਟੂਫੀਆਂ ਖਾਂਦੇ, ਚੋਕਲੇਟ ਤੁਸੀਂ ਨਹੀਂ ਖਾਂਦੇ? ਨਾ, ਉਦੋਂ ਹੁੰਦਾ ਹੀ ਨਹੀਂ ਤਾਂ ਖਾਣਾ ਕੀ? ਨਾ, ਉਹਦਾ ਕੁਛ ਨਹੀਂ ਸੀ ਹੁੰਦਾ, ਟਾਂਗਰ ਹੀ ਬਸ ਗੁੜਦਾ। ਇੰਨੀ ਕੁ ਕਪਾਹ ਲਾਇਆ ਹੋਣੀ ਤਾਂ ਬੋਝਾ ਭਰਿਆ ਜਾਣਾ, ਟਾਂਗਰ ਖਾਂਦੇ ਰਹਿਣਾ। ਬਾਪੂ ਤੁਸੀਂ ਕਹਿੰਦੇ ਪਿਆਰ ਉਦੋਂ ਜ਼ਿਆਦਾ ਸੀ, ਮੈਂ ਕਹਿੰਦਾ ਹੁਣ ਜ਼ਿਆਦਾ? ਨਹੀਂ, ਹੁਣ ਨਹੀਂ, ਉਦੋਂ ਜ਼ਿਆਦਾ। ਬਾਵਿਆਂ ਦਾ ਪਿੰਡ ਸੀ, ਬਾਵੇ ਜਣੇ ਆਉਂਦੇ ਜਾਂਦੇ ਸੀ, ਇੱਕ ਦੋ ਹੀ ਆਉਂਦੇ ਜਾਂਦੇ, ਦੂਜੇ ਦਿਨ ਸੀ ਆਉਂਦੇ। ਤੁਹਾਡੀ ਗੋਤ ਕੀ ਆ? ਖਾਰੇ। ਕਿੰਨੀ ਉਮਰ ਦੱਸੀ ਬਾਪੂ ਜੀ? 76। 76 ਸਾਲ। ਮਾਹੌਲ ਤੁਹਾਡੀ ਜ਼ਿੰਦਗੀ 'ਚ ਕਿੰਨਾ ਕੁ ਬਦਲਿਆ? ਮਾਹੌਲ ਤਾਂ ਬੜੇ ਬਦਲਦੇ ਰਹਿੰਦੇ ਨੇ। ਉਦੋਂ ਚੰਗਾ ਸੀ ਜੋ ਤੁਸੀਂ ਛੋਟੇ ਸੀ, ਕਿਉਂ ਚੰਗਾ? ਪਹਿਲਾਂ ਚੰਗਾ ਸੀ। ਕਿਉਂ? ਹੁਣ ਤਾਂ ਮਹਿੰਗਾਈ ਵੱਧ ਗਈ, ਮਾੜਾ ਬੰਦਾ ਰੋਟੀ ਨਹੀਂ ਖਾ ਸਕਦਾ। ਅਤੇ ਲੋਕਾਂ 'ਚ ਪਿਆਰ ਉਦੋਂ ਜ਼ਿਆਦਾ ਸੀ ਕਿਉਂ? ਉਦੋਂ ਜ਼ਿਆਦਾ ਸੀ, ਹੁਣ ਤਾਂ ਪਿਆਰ ਹੀ ਕੋਈ ਨਹੀਂ। ਹੁਣ ਕੀ ਕਰਦੇ ਲੋਕ? ਹੁਣ ਤਾਂ ਇੱਕ ਦੂਜੇ ਵੱਢ ਖਾਣਾ ਕਰਦੇ। ਅਤੇ ਉਦੋਂ? ਉਦੋਂ ਮਿਲਾਪ ਸੀ, ਇੱਕ ਦੂਜੇ ਬੁਲਾਉਣਾ, ਹੱਸ ਕੇ ਕੋਲ ਬਹਿਣਾ, ਹੁਣ ਕੋਈ ਬਹਿ ਕੇ ਖੁਸ਼ ਨਹੀਂ। ਅਤੇ ਜੇ ਜਾਤ ਬਰਾਦਰੀਆਂ ਦੀ ਗੱਲ ਕਰੀਏ, ਹਿੰਦੂ ਸਿੱਖ ਜਾਂ ਦੂਜੇ, ਇੱਕ ਦੂਜੇ ਨਾਲ ਕੋਈ ਲੜਦੇ ਝਗੜਦੇ ਸੀ ਕਿ ਨਹੀਂ? ਨਾ, ਹੋਣੀਆਂ ਲੜਾਈਆਂ ਪੜਾਈਆਂ ਕਰਦੇ, ਅੱਗੇ ਕੋਈ ਲੜਾਈ ਪੜਾਈ। ਪਹਿਲਾਂ ਕਿਵੇਂ ਲੋਕ ਰਹਿੰਦੇ ਸੀ ਉਦੋਂ? ਪਹਿਲਾਂ ਤਾਂ ਜਿੰਨੀ ਜਿਨਸ ਹੋ ਗਈ ਉਨੀ ਵੱਧ ਬਹੁਤ ਹੈ। ਨਹੀਂ, ਪਿਆਰ ਨਾਲ ਰਹਿੰਦੇ ਸੀ ਕਿ ਲੜਦੇ ਝਗੜਦੇ? ਪਿਆਰ ਨਾਲ, ਕੋਈ ਜਾਤ ਬਰਾਦਰੀ ਨਹੀਂ। ਨਾ, ਠੀਕ ਹੈ ਬਾਪੂ ਜੀ, ਚੰਗਾ ਜੀ।